ਬੈਕ ਅਗੇਨ ਵਿਦ ਅਨਦਰ ਵਲੌਗ। ਉਮੀਦ ਕਰਦਾ ਤੁਹਾਡੇ ਠੀਕ ਠਾਕ ਹੋਣਗੇ, ਠੀਕ ਠਾਕ ਤੇ ਆਪਣੇ ਘਰੇ ਹੋਣਗੇ ਹਰ ਵਾਰ ਦੀ ਤਰ੍ਹਾਂ। ਅੱਜ ਲੈ ਕੇ ਆਇਆ ਨਵਾਂ ਵਲੌਗ ਤੇ ਅੱਜ ਕਿਹੜਾ ਵਲੌਗ ਆ? ਅੱਜ ਕੁਛ ਨਹੀਂ, ਖਾਸ ਨਹੀਂ ਹੈ। ਪਿੰਡ ਹੀ ਆ, ਬਾਹਰ ਹਫ਼ਤਾ ਹੋ ਗਿਆ ਮੀਂਹ ਪੈ ਰਿਹਾ ਸਾਡੇ ਪਿੰਡ ਲਗਾਤਾਰ, ਤੇ ਮੈਂ ਤੁਹਾਡੀ ਲੁੱਕ ਵੀ ਚੇਂਜ ਕਰ ਲਈ ਆ। ਮੈਨੂੰ ਕਈ ਨੂੰ ਪਤਾ ਹੋਣਾ, ਕਈ ਨੂੰ ਨਹੀਂ ਪਸੰਦ ਆਉਣੀ ਤੇ ਮੈਨੂੰ ਆਪ ਨਹੀਂ ਪਸੰਦ ਆ ਰਹੀ, ਪਰ ਇੱਕ ਨਵੀਂ ਚੀਜ਼ ਟਰਾਈ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਆ ਜਾਂਦੀਆਂ ਵਾਪਸ। ਬਾਕੀ ਹੋਰ ਕੁਛ ਟੈਟੂ ਹੁੰਦੇ ਆ ਉਹ ਤਾਂ ਆਪਾਂ ਕਰ ਨਹੀਂ ਸਕਦੇ ਵਾਪਸ, ਪਰ ਇਹ ਚੀਜ਼ਾਂ ਆ ਜਾਂਦੀਆਂ, ਆਪਾਂ ਪ੍ਰੋਵਾ ਕਰਦੇ ਰਹਿਣਾ ਚਾਹੀਦਾ ਕਿੱਦਾਂ ਲੁੱਕ ਚੇਂਜ ਹੁੰਦੀ ਆ। ਅੱਜ ਕਾਰ ਖੇਤਰ ਗੱਡੀ ਸਾਫ਼ ਕਰਦਾ ਪਿਆ, ਉਹ ਵੀ ਦਿਖਾਉਂਦੇ ਹਾਂ, ਅਤੇ ਅੱਜ ਦੱਸਾਂਗੇ ਜਿੱਦਾਂ ਬਾਹਰਲੇ ਦੇਸ਼ਾਂ ਦੇ ਵਿੱਚ ਗੱਡੀਆਂ ਦਾ ਕੰਮ ਕਾਰੋਬਾਰ ਕਿੱਦਾਂ ਆ, ਅਤੇ ਸਪੇਨ ਦੇ ਵਿੱਚ ਕਿੰਨਾ ਕੰਮ ਕਾਰੋਬਾਰ ਹੈਗਾ ਗੱਡੀਆਂ ਧੋਣ ਦਾ। ਤੁਸੀਂ ਜੇ ਦੇਖੋਗੇ ਤੁਹਾਡੇ ਯਾਰ ਦੋਸਤ ਜ਼ਰੂਰ ਆਸਟ੍ਰੇਲੀਆ ਰਹਿੰਦੇ ਹੋਣਗੇ ਕਿਤੇ, ਜਾਂ ਸਭ ਤੋਂ ਜ਼ਿਆਦਾ ਕੰਮ ਗੱਡੀਆਂ ਧੋਣ ਦਾ ਆਸਟ੍ਰੇਲੀਆ ਹੋਇਆ, ਜਾਂ ਬੈਲਜੀਅਮ ਦੇ ਵਿੱਚ ਮੈਂ ਜ਼ਿਆਦਾਕਰ ਦੇਖ ਰਿਹਾ, ਹੋਰ ਵੀ ਕੰਟਰੀਆਂ ਦੇ ਵਿੱਚ ਹੋਣਗਾ, ਪਰ ਉੱਥੇ ਕਿਉਂਕਿ ਬੰਦੇ ਰੱਖੇ ਹੁੰਦੇ ਆ, ਇੱਕ ਬੰਦੀ ਗੱਡੀ ਦੇ 35 ਯੂਰੋ 25 ਯੂਰੋ ਤਾਂ ਲੱਗਦੇ ਆ, ਅਤੇ ਉਹ ਜ਼ਿਆਦਾਕਰ ਆਪ ਹੀ ਬੰਦੇ ਸਾਫ਼ ਕਰਦੇ ਅਤੇ ਉਹ ਫੜਾ ਦਿੰਦੇ ਅਤੇ ਘੰਟੇ 'ਚ ਹੁੰਦਾ। ਪਰ ਸਪੇਨ ਦੇ ਵਿੱਚ ਚੱਕਰ ਇਹ ਆ, ਜਿੱਦਾਂ ਇੰਡੀਆ ਵੀ ਤੁਸੀਂ ਗੱਡੀ ਫੜਾ ਦਿੰਦੇ ਬੰਦੇ ਧੋਂਦੇ ਆ, ਪਰ ਸਪੇਨ ਦੇ ਵਿੱਚ ਚੱਕਰ ਇਹ ਇੱਦਾਂ ਦੇ ਮੌਲ ਬਣੇ ਹੁੰਦੇ ਆ, ਦੇਖ ਸਕਦੇ ਤੁਸੀਂ ਇੱਕ ਵਾਰੀ ਨਿਗਾਹ ਮਾਰ ਦਿਓ, ਇੱਕ ਵਾਰੀ ਮੜ ਜਾ, ਇੱਦਾਂ ਦੇ ਬਣੇ ਹੁੰਦੇ ਆ, ਅਤੇ ਰੁਪਈਆ ਪਾਓ ਤਾਂ ਮੈਂ ਦਿਖਾਉਣਾ ਅੱਗੇ ਜਾ ਕੇ ਵੀ ਕਿੱਦਾਂ ਹੁੰਦਾ, ਅਤੇ ਆਹ ਸਾਈਡਾਂ 'ਤੇ ਲੱਗੇ ਹੁੰਦੇ ਆ ਗੱਡੀ ਤੋਂ ਆਪਣੇ ਅੰਦਰੋਂ ਸਾਫ਼ ਕਰਨ ਨੂੰ, ਜਿਹੜੇ ਪ੍ਰੈਸ਼ਰ ਅੰਦਰੋਂ ਖਿੱਚ ਲੈਂਦੇ ਆ, ਇਹਨੂੰ ਕਹਿੰਦੇ ਆ ਜਿਹੜਾ ਆਪਣੇ ਘਰ ਵੀ ਜਿਹੜੇ ਹੁੰਦੇ ਸਫਾਈ ਕਰਨ ਸੋਫੇ ਦੀ ਬਾਈਕਰ ਇਨ ਪੰਜਾਬੀ 'ਚ, ਹੋਰ ਨਹੀਂ ਮੈਨੂੰ ਪਤਾ, ਇੰਗਲਿਸ਼ 'ਚ ਹੋਰ ਨਹੀਂ ਮੈਨੂੰ ਪਤਾ, ਐਸਪੀਰੇਸ਼ਨ ਨਹੀਂ ਯਾਰ, ਬੈਕਰ ਪਤਾ ਨਹੀਂ, ਬੈਕਰ ਮਸ਼ੀਨ ਹਾਂ, ਉਹ ਹੁਣ ਮੈਨੂੰ ਚੇਤਾ ਨਹੀਂ, ਹੁਣ ਤੂੰ ਮੈਨੂੰ ਕਿਹਾ ਮੈਨੂੰ ਚੇਤਾ ਭੁੱਲ ਗਿਆ, ਬਸ ਗੱਲ ਇੰਨੀ ਆ। ਅੱਛਾ ਮੈਨੂੰ ਚੇਤਾ ਨਹੀਂ ਯਾਰ, ਮੈਨੂੰ ਇਹਨੂੰ ਨਹੀਂ ਚੇਤਾ ਨਾ ਮੈਨੂੰ ਚੇਤਾ ਆ, ਪਾਣੀ ਵਗ ਦੇਣਾ, ਅਰੇ ਆਪਾਂ ਇੱਦਾਂ ਇੱਕ ਕਰ ਪਾਵਾਂਗੇ ਤਾਂ ਦੱਸ ਦਾਂਗੇ, ਸੋਰੀ ਯਾਰ, ਅਤੇ ਇੱਕ ਰੁਪਏ ਪਾਵਾਂਗੇ ਆਪਾਂ ਇੱਥੇ ਨਾਲ ਹੀ ਮਿੰਟ ਚੱਲ, ਆਪਣੇ ਕਿੰਨੇ ਮਿੰਟ ਚੱਲਣੀ ਤੁਹਾਨੂੰ ਆਈਡੀਆ ਹੋ ਜੂਗਾ, ਕਿੰਨੇ ਹਾਂ ਵੀ ਮੈਂ ਸਫਾਈ ਕਰਨ ਲੱਗਾ ਹਾਂ, ਅਤੇ ਯਾਰ ਮੈਂ ਕਿੰਨੇ ਛੇੜੀ ਛੇੜੀ ਕਰ ਲਵਾਂ, ਜੇ 3 ਮਿੰਟ ਚੱਲਦੇ ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਹਾਂ ਵੀ ਇੰਨੇ ਮਿੰਟ ਮੈਂ ਹੈਗੇ ਆ। ਇੱਥੇ 1 ਰੁਪਏ ਪਾਉਣਾ, ਸਿਰਫ 1 ਰੁਪਏ ਪਾ ਸਕਦੇ ਹਾਂ, ਜੇ ਤੁਸੀਂ ਪਾਤੇ ਆ 5 ਸੈਂਟੀਆਂ, ਜਿੱਦਾਂ 5 ਪੈਨੀਆਂ ਪੰਜਾਬੀ 'ਚ ਲਾ ਲਈਏ, ਉਹ ਨਹੀਂ ਚਲਾਉਣੀ ਹੈ ਇੱਥੇ, 1 ਰੁਪਏ ਮੰਗਦੇ ਆ, ਹੁਣ ਆਪਾਂ 1 ਰੁਪਏ 'ਤੇ ਲਿਖਿਆ ਵੀ ਹੋਇਆ, ਆਪਾਂ 1 ਰੁਪਏ ਪਾਵਾਂਗੇ, ਓਕੇ ਕਰਤਾ ਸਾਰੇ, ਉਹਦੇ ਮਿੰਟ ਚੱਲ ਪਏ, 6 ਮਿੰਟ ਆ ਗਏ ਯਾਰ, ਫੜਾ ਦਿੰਦੇ ਆਪਾਂ, ਆ ਮੇਰਾ ਵੀ ਫੜ ਲਾ, ਇਹ ਗੱਡੀ ਕੋਲ ਲਾਉਣੀ ਪੈਂਦੀ ਜ਼ਿਆਦਾ, ਅਤੇ ਇਹਦਾ ਪੈਪ ਬਹੁਤ ਲੰਬਾ, ਉੱਦਾਂ ਅੱਗੇ ਅੰਦਰ ਬਾਹਰ ਸਾਰੇ ਸਫਾਈ ਕਰਦੇ ਆ, ਆਪਾਂ ਉੱਧਰ ਚੱਲਦੇ ਹਾਂ, ਉੱਧਰ ਆ ਕੇ ਦਿਖਾਉਂਦੇ ਤੁਹਾਨੂੰ, ਅਤੇ ਆ ਜਿੱਦਾਂ ਹੁਣ ਆਕਾਸ਼ ਦਿਖਾ ਰਿਹਾ, ਆਕਾਸ਼ ਗੱਡੀ ਸਾਫ਼ ਕਰਦਾ ਦਿਖਾਉਣਾ ਆਪਾਂ, ਆ ਜਾਓ ਆਪਾਂ, ਕਾਹਦੇ 1 ਮਿੰਟ ਦੇਈ ਮੰਨ ਜਾ ਮੈਨੂੰ, ਮੈਂ ਤਾਂ ਆ ਜਾਓ ਅੱਗੇ ਆ ਜਾਓ ਦਰਸ਼ਕੋ, ਆਹ ਦੇਖੋ ਆਹ ਜਿਹੜੀ ਮਿੱਟੀ ਆ, ਆਹ ਲਓ ਆਹ ਜਿੱਦਾਂ ਮਿੱਟੀ ਆ, ਇਹ ਸਾਰੀ ਚੱਕ ਹੋ ਰਹੀ ਯਾਰ, ਇਹਨੂੰ ਘਰੋੜ ਕੇ ਫੇਰਨਾ ਪੈਂਦਾ ਆ, ਐਂ ਵੀ ਚੈੱਕ ਹੋ ਜਾਵੇ, ਕਾਸ਼ ਆ ਜਾਓ ਆਪਣੇ ਕੰਮ 'ਤੇ ਵਾਪਸ, ਆ ਜਾਓ ਆ ਜਾਓ ਆ ਜਾਓ ਆ ਜਾਓ, ਕਰਦੇ ਮੈਂ ਅਤੇ ਆਪਾਂ ਇੱਦਾਂ ਸਫਾਈ ਕਰਦੇ ਹੁੰਦੇ ਆ, ਇੱਥੇ 3-4 ਬਣੇ ਪਏ ਆ, ਇੱਥੇ ਜ਼ਿਆਦਾ ਟਾਈਮ ਲੱਗਦਾ, ਸਿਰਫ ਸਾਡੇ ਪਿੰਡ ਇਹੀ ਇੱਕ ਬੰਦਾ, ਇੱਕ ਇਹੀ ਮਸ਼ੀਨ ਆ ਜਿੱਥੇ ਜਾ, ਸੋਰੀ ਬੰਦਾ ਕਿਹਾ ਹੋ ਗਿਆ, ਇੱਕ ਇਹੀ ਮਸ਼ੀਨ ਆ ਜਿੱਥੇ 6 ਮਿੰਟ ਦਿੰਦੇ ਆ, ਬਾਕੀ ਜਗ੍ਹਾ 'ਤੇ ਇੰਨਾ ਮਿੰਟ ਨਹੀਂ ਹੈਗਾ। ਗੱਡੀ ਧੋਣ ਜੇ ਧੋਣੀ ਤੁਸੀਂ ਇੱਥੇ ਨਹੀਂ ਧੋ, ਇਹ ਸਹੀ ਨਹੀਂ ਆ ਕਿ ਅਸੀਂ ਹੋਰ ਕਿਤੇ ਧੋਨੇ ਹੁੰਦੇ ਹਾਂ, ਆ ਜਾਓ ਤੁਹਾਨੂੰ ਮੈਂ ਦਿਖਾਉਂਦਾ ਕਿ ਇਹ ਕਿੱਦਾਂ ਕੰਮ ਕਰਦੀ ਆ, ਇਹ ਦੇਖ ਸਕਦੇ ਹਾਂ 1, 2, 3, 4, 5, 6 ਬਣੇ ਹੋਏ ਆ, ਇੱਦਾਂ 6 ਲਗਾਤਾਰ ਗੱਡੀਆਂ ਤੁਸੀਂ ਧੋ ਸਕਦੇ ਹਾਂ ਲਗਾਤਾਰ, ਇੱਥੇ ਬੰਦੇ ਨਹੀਂ ਹੁੰਦੇ, ਤੁਹਾਨੂੰ ਆਪ ਧੋਣੇ ਪੈਂਦੀਆਂ, ਅਤੇ ਇਹ ਧਿਆਨ ਰੱਖਣਾ ਪੈਂਦਾ, ਠੀਕ ਆ ਜੀ। ਕਈ ਜਗ੍ਹਾ 'ਤੇ ਜਿਹੜਾ ਤੁਹਾਡੀ ਪਚਿਕ ਮੈਂ ਗਿਆ ਸੀ, ਤੁਸੀਂ ਵੀਡੀਓ ਨਹੀਂ ਦੇਖੀ ਜ਼ਰੂਰ ਦੇਖਿਓ, ਉੱਥੇ ਸਭ ਤੋਂ ਜ਼ਿਆਦਾ ਸਹੂਲਤਾਂ ਦਿੱਤੀਆਂ ਗਈਆਂ, ਉੱਥੇ ਪੈਡ ਸਾਫ਼ ਕਰਨ ਨੂੰ ਆ, ਪੇਪਰ ਦਿੰਦੇ ਆ, ਇੱਥੇ ਵੀ ਹੈਗੇ ਪਰ ਇੰਨਾ ਕੰਮ ਨਹੀਂ ਜਿੰਨਾ ਉੱਥੇ ਆ ਪਚਿਕੋ ਆਪਣੇ, ਠੀਕ ਆ ਜੀ, ਕਿਉਂਕਿ ਉੱਥੇ ਨਵਾਂ ਬਣਿਆ ਤਾਂ ਕਰਕੇ, ਇੱਥੇ ਜਿਹੜੇ ਹੈਗੇ ਅੱਧੇ ਨਵੇਂ ਬਣੇ ਆ, ਕਈ ਪੁਰਾਣੇ ਆ, ਅਤੇ ਉਹਨਾਂ 'ਚ ਇੰਨੀਆਂ ਸਹੂਲਤਾਂ ਨਹੀਂ, ਜਿੱਦਾਂ ਉੱਥੇ ਪੂਜਾ ਪੈਡ ਸਾਫ਼ ਕਰਨ ਨੂੰ ਇੱਦਾਂ ਬਹੁਤ ਕੁਛ ਸੀ, ਤੁਹਾਨੂੰ ਮੈਂ ਦੱਸੂੰਗਾ ਉੱਥੇ ਆ ਕੇ, ਸਪੀਕਰ ਵੀ ਲੱਗਿਆ ਕਿ ਬੋਰ ਨਾ ਹੋਣ, ਪਰ ਅਸੀਂ ਬੋਰ ਹੋ ਰਹੇ ਹਾਂ, ਇਹ ਕਤਰਾਣ ਬੋਲਦੇ ਪਏ ਆ, ਕਿਉਂ ਸਾਨੂੰ ਸਾਨੂੰ ਸਮਝ ਨਹੀਂ ਲੱਗਦੀ ਇਸ ਕਰਕੇ, ਉੱਪਰ ਸਪੀਕਰ ਲੱਗਾ ਆ, ਰੇਡੀਓ ਚੱਲਦਾ ਪਿਆ ਆ, ਇੱਕ ਆਹ ਗੰਦੇ ਹੋ ਜਾਂਦੇ ਆ, ਆ ਜਾਓ ਏਦਾਂ ਹੀ 1-2 ਸਾਰੇ ਪਾਸੇ ਰੇਡੀਓ ਚੱਲਦੇ ਪਏ, ਮੈਂ ਸੋਚ ਰਿਹਾ ਜਿੱਥੇ ਆਵਾਜ਼ ਘੱਟ ਆਵੇ ਰੇਡੀਓ ਦੀ, ਕਿ ਮੈਂ ਤੁਹਾਨੂੰ ਸੁਣ ਸਕਾਂ, ਮੇਰੀ ਤਾਂ ਇੱਥੇ ਆਵਾਜ਼ ਹੈ ਨਹੀਂ ਆ, ਇੱਥੇ ਰੇਡੀਓ ਘੱਟ ਆ, ਦੇਖੋ ਇਹ ਬੜਾ ਪੁਰਾਣਾ ਆ, ਇਹ ਪਤਾ ਨਹੀਂ 1920 ਲਾ ਲਓ 16
ਰੁਪਈਆ ਲੱਭ ਗਿਆ ਰੁਪਈਆ ਲੱਭ ਗਿਆ ਦੋਸਤੋ ਹੋਰ ਕਿਹਦਾ ਹੱਥ ਮਾਰ ਉਹ ਸਾਰੇ ਸਾਰੇ ਹੱਥ ਮਾਰ ਕੇ ਦੇਖਣੇ ਪੈਣੇ ਹੁਣ ਜਾਂ ਵੀ ਤੇ ਇੱਥੇ ਜਿਹੜਾ ਆਹ ਲੱਗੇ ਹੁੰਦੇ ਆ ਇਹ ਬਹੁਤ ਪੁਰਾਣੇ ਆ ਜਿੱਦਾਂ ਇੱਥੇ ਬਟਨ ਬਣੇ ਹੁੰਦੇ ਆ ਤੁਸੀਂ ਇੱਕ ਪਾਉਣਾ ਆ ਇੱਥੇ ਬਟਨ ਲੱਗੇ ਹੁੰਦੇ ਦੇਖ ਸਕਦੇ ਆ ਪਹਿਲੇ ਤਾਂ ਬਟਨ ਦੱਬਾਂਗੇ ਚਿੱਟੇ ਤੇ ਉੱਥੇ ਦੱਬਣ ਕਰਾਂ ਸਾਬਣ ਹੀ ਨਿਕਲਣਾ ਨਾਲ ਸਾਬਣ ਤੇ ਮਾੜਾ ਮਾੜਾ ਪਾਣੀ ਜਿੱਦਾਂ ਹੁੰਦਾ ਆ ਝੱਗ ਨਹੀਂ ਝੱਗ ਹੋਰ ਮਸ਼ੀਨਾਂ ਤੇ ਇੱਥੇ ਕਈਆਂ 'ਤੇ ਡਿਪੈਂਡ ਕਰਦਾ ਕਈਆਂ 'ਤੇ ਝੱਗ ਕੱਲੀ ਨਿਕਲਦੀ ਆ ਅਤੇ ਕਈਆਂ ਨਾਲ ਪਾਣੀ ਵਾਂਗੂ ਸਾਬਣ ਨਿਕਲਦਾ ਆ ਫਿਰ ਉੱਥੇ ਬਟਨ ਹੁੰਦਾ ਸੀ ਅੱਗੇ ਬਟਨ ਚੱਕ ਦਿੱਤਾ ਸਰਕਾਰ ਨੇ ਮਨਾ ਕਰਾ ਦਿੱਤਾ ਨਹੀਂ ਮਜ਼ਾਕ ਕਰਦਾ ਪਤਾ ਨਹੀਂ ਕਿਹੜੀ ਕੋਲ ਬੰਦ ਹੈ ਬਟਨ ਅਤੇ ਇੱਥੇ ਥੋੜ੍ਹਾ ਪਾ ਸਾਬਣ ਥੋੜ੍ਹਾ ਸਾਫ਼ ਪਾਣੀ ਅਤੇ ਐਂਡ 'ਤੇ ਜਾ ਕੇ ਤੁਸੀਂ ਮਾਰਨਾ ਆ ਸਾਫ਼ ਪਾਣੀ ਇਕੱਲਾ ਸਾਫ਼ ਪਾਣੀ ਚੱਲੂਗਾ ਹੋਰ ਕੁਛ ਨਹੀਂ ਹੁੰਦਾ ਆ ਅਤੇ ਆਲੇ ਦੁਆਲੇ ਇੱਥੇ ਬੁਰਚ ਵੀ ਹੁੰਦੇ ਆ ਜਿੱਦਾਂ ਆਲੇ ਆ ਜਾਓ ਜਿਹੜਾ ਮੈਂ ਕਿਹਾ ਸਾਫ਼ ਪਾਣੀ ਅਤੇ ਬੁਰਚ ਉਹ ਇੱਥੇ ਤੋਂ ਨਿਕਲੂਗਾ ਠੀਕ ਆ ਪਰ ਇਹ ਮੈਂ ਬਹੁਤ ਲੋਕ ਆਪਣੇ ਲੋਕ ਯੂਜ਼ ਕਰਦੇ ਆ ਆ ਜਾਓ ਮਾੜੀ ਜਿਹਾ ਪਿੱਛੇ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂ ਕਾਹਦੇ ਤਾਂ ਮੇਰਾ ਵੀਰ ਲੱਗਾ ਹੋਇਆ ਗੱਡੀ ਸਾਫ਼ ਕਰਨ ਹੋਰ ਵੀ ਆਪਣੇ ਅੰਕਲ ਵੀ ਆਏ ਆ ਸਪੈਨਿਸ਼ ਅਤੇ ਇਹ ਗੱਡੀ ਹੈ ਨਾ ਜਦੋਂ ਅਸੀਂ ਬੁਰਸ਼ ਲੱਗੇ ਹੁੰਦੇ ਆ ਜਾਓ ਹੋਰ ਆ ਜਾਓ ਅੱਗੇ ਇਹ ਜਿੱਦਾਂ ਹੈ ਨਾ ਬੁਰਸ਼ ਜਿਹੜੇ ਲੱਗੇ ਹੁੰਦੇ ਇਹ ਨਾ ਪਲੀਜ਼ ਯੂਜ਼ ਕਰਿਆ ਕਰੋ ਕਈ ਲੋਕ ਯੂਜ਼ ਕਰਨ ਲੱਗ ਪੈਂਦੇ ਚਾਹ ਹਾਂ ਵੀ ਵਿੱਚ ਸਾਬਣ ਦੇ ਇੱਕ ਤਾਂ ਮੇਰਾ ਵੀਰ ਬਹੁਤ ਵੱਡੀ ਗਲਤੀ ਨਵੀਂ ਗੱਡੀਆਂ 'ਤੇ ਤੁਸੀਂ ਇਹ ਜਦੋਂ ਮਾਰਦੇ ਹੈ ਨਾ ਇਹ ਤੁਹਾਡੇ ਘਰੀਟਾਂ ਪਾ ਦਿੰਦੇ ਆ ਉਹ ਲੋਕ ਰਿਮਾਂ 'ਤੇ ਵੀ ਉਹੀ ਮਾਰਦੇ ਆ ਉਹੀ ਗੱਡੀਆਂ ਦੇ ਉੱਤੇ ਚੜ੍ਹੀ ਜਾਂਦੇ ਆ ਇਹ ਮੇਰਾ ਵੀਰ ਉਹ ਹੈ ਨਾ ਬੁਰਸ਼ ਦੀ ਤਥਿਆ ਨਾਸ ਹੋ ਜਾਂਦੀ ਆ ਉਹ ਡੰਡੇ ਰਹਿ ਜਾਂਦੇ ਕੱਲ੍ਹ ਫਿਰ ਉਹ ਝੀਟਾਂ ਪਾਉਣ ਲੱਗ ਪੈਂਦੇ ਤੁਹਾਨੂੰ ਪਤਾ ਨਹੀਂ ਲੱਗਦਾ ਥੋੜ੍ਹੀ ਜਿਹੀ ਗੱਡੀਆਂ ਸੁੱਕ ਜਾਂਦੀਆਂ ਸਾਫ਼ ਜਾਂਦੀ ਫਿਰ ਤੁਸੀਂ ਦੇ ਦੇ ਯਾਰ ਯਾਰ ਆਹ ਕਿਤੇ ਕਿੰਨੇ ਮਾਰਿਆ ਹੱਥ ਕਿੰਨੇ ਮਾਰਿਆ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਆਪ ਹੀ ਮਾਰਿਆ ਹੱਥ ਜਿਹੜਾ ਬੁਰਸ਼ ਮਾਰਦੇ ਹੁੰਦੇ ਆ ਕੀ ਹੋਇਆ ਕਾ ਠੀਕ ਆ ਅਤੇ ਕਾਜ ਦਾ ਵੀ ਹਾਲ ਚਾਲ ਪੁੱਛਣਾ ਪੈਂਦਾ 5 ਮਿੰਟ ਹੋ ਗਏ ਗੱਡੀ ਸਾਫ਼ ਕਰਦੇ ਨੂੰ ਅਤੇ ਇਹ ਚੱਕਰ ਹੁੰਦਾ ਇੱਥੇ ਇਹ ਤੁਹਾਨੂੰ ਦੱਸੇ ਕਿ ਸਾਡੇ ਬੈਲਜੀਅਮ ਆਸਟ੍ਰੇਲੀਆ ਵਿੱਚ ਜ਼ਿਆਦਾ ਕੰਮ ਆ ਮੇਰੇ ਨਜ਼ਰ ਬਾਕੀ ਹੋਰ ਵੀ ਦਿੱਕਤ ਹੋਊਗਾ ਕਿਉਂਕਿ ਮੈਂ ਕਹਿ ਨਹੀਂ ਸਕਦਾ ਮੈਂ ਆਪ ਨਹੀਂ ਦੇਖਿਆ ਜਿਹੜੀ ਚੀਜ਼ ਆ ਮੈਂ ਅੱਖੋਂ ਦੇਖੀ ਹੋਈ ਜ਼ਿਆਦਾ ਮੈਂ ਤੁਹਾਨੂੰ ਕਹਿ ਸਕਦਾ ਹਾਂ ਇੱਥੇ ਜਿੱਦਾਂ ਇੱਕ ਏਅਰੋ ਤੁਹਾਡੇ ਹਿਸਾਬ 'ਚ ਵੱਧ ਤੋਂ ਵੱਧ 10-5 ਏਅਰੋ 'ਚ ਗੱਡੀ ਧੋ ਹੋ ਜਾਂਦੀ ਆ ਇੱਕ ਇੱਥੇ ਲੱਗਦਾ 6 ਮਿੰਟ ਚੱਲਦਾ ਉਹ ਬਾਕੀ ਚੱਲਦੇ 2-2 ਮਿੰਟ ਅਤੇ ਇਹਦੇ 'ਚ ਗੱਡੀ ਧੋ ਹੋ ਜਾਂਦੀ ਹੈ ਡਿਪੈਂਡ ਕਰਦਾ ਇਕੱਲੇ ਇਕੱਲੇ ਦੇ ਅਤੇ ਹੁਣ ਇਹਦਾ ਨਾਮ ਹੋਰ ਆ ਹੋਰ ਕਿਸੇ ਜਗ੍ਹਾ 'ਤੇ ਬਣਾਇਆ ਉਹਦਾ ਨਾਮ ਹੋਰ ਆ ਉਹਨੇ ਆਪਣੀਆਂ ਸਹੂਲਤਾਂ ਦਿੱਤੀਆਂ ਹੁੰਦੀਆਂ ਅਤੇ ਕਿਸੇ ਨੇ ਆਪਣੀ ਦਿੱਤੀਆਂ ਹੁੰਦੀਆਂ ਕਿ ਜ਼ਿਆਦਾ ਕੋਲ ਲੋਕ ਮੇਰੇ ਕੋਲ ਆਉਣ ਅਤੇ ਇਹ ਸੀ ਗੱਡੀ ਧੋਂਦੀ ਬੜੀ ਲੋਕਾਂ ਨੇ ਸਪੈਨਿਸ਼ ਨੇ ਆਪਣੇ ਪੰਜਾਬੀਆਂ ਨੇ ਹੋਰ ਵੀ ਗੱਡੀਆਂ ਧੋਣ 'ਤੇ ਵੀਡੀਓ ਬਣਾਈ ਹੋਈ ਆ ਪਰ ਮੈਂ ਕਿਹਾ ਚੱਲ ਮੈਂ ਵੀ ਬਣਾ ਦਵਾਂ 'ਚ ਵਿਹਲੇ ਸੀ ਮੇਰਾ ਭਰਾ ਕਹਿੰਦਾ ਤੂੰ ਵੀ ਬਣਾ ਦੇ ਮੈਂ ਕਿਹਾ ਚਲੋ ਠੀਕ ਆ ਜੀ ਆਪੇ ਵੀ ਬਣਾ ਦਈਏ ਤੈਨੂੰ ਜਾਣਕਾਰੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਇਹ ਹੈ ਗੱਡੀ ਧੋਣ ਦਾ ਤਰੀਕਾ ਤੁਸੀਂ ਇਹ ਚੀਜ਼ ਕਹੋਗੇ ਨਾ ਕਿ ਗੱਡੀ ਆਪਾਂ ਜਾ ਕੇ ਸਪੇਨ ਕੰਮ ਮਿਲ ਲਾਂਗੇ ਗੱਡੀ ਗੁੱਡੀ ਧੋ ਲਾਂਗੇ ਪਰ ਇੱਥੇ ਧੋਣ ਦਾ ਤੁਹਾਨੂੂੰ ਫਾਇਦਾ ਨਹੀਂ ਆ ਤੁਸੀਂ ਕਿਹੜਾ ਫੜ ਕੇ ਦਿਓਗੇ ਵੀ ਮੈਂ ਇੱਕ ਰੁਪਾ ਦਾ ਤੁਹਾਡਾ ਮੈਂ ਧੋ ਲਾਉਂਦਾ ਤੁਹਾਡੀ ਗੱਡੀ ਨਹੀਂ ਪਰ ਇੱਥੇ ਇੱਦਾਂ ਨਹੀਂ ਆ ਇੱਥੇ ਲੋਕ ਆਪ ਹੀ ਧੋਂਦੇ ਆ ਅਤੇ ਆਪਣੀ ਗੱਡੀ ਧੋਣੀ ਆਪ ਹੀ ਪਸੰਦ ਕਰਦੇ ਆ ਹਾਂ ਇੱਥੇ ਗੱਡੀ ਦੂਜੀ ਵੀ ਹੈਗੀ ਆ ਜਿਹੜੇ ਲੋਕ ਆਪ ਧੋਂਦੇ ਪਰ ਉਹ ਤੋਂ ਬਹੁਤ ਘੱਟ ਜਾਂਦੇ ਲੋਕ ਕਿਉਂਕਿ ਫਿਰ ਖਰਚਾ ਕਹਿੰਦਾ ਮਹਿੰਗਾ ਬਹੁਤ ਹੁੰਦਾ ਆ ਅਤੇ ਬਾਕੀ ਜਗ੍ਹਾ ਤੋਂ ਅਤੇ ਕਿਉਂਕਿ ਮੈਨੂੰ ਚੇਤਾ ਹਰਜੀਤ ਨੇ ਗੱਡੀ ਅੰਦਰੋਂ ਸਾਫ਼ ਕਰਾਈ ਸੀ ਅਤੇ ਉਹਨੇ 120 ਯੂਰੋ 125 ਯੂਰੋ ਲੱਗੇ ਸੀ ਉਹਨੇ ਉਹਦੇ ਗੱਡੀ 'ਚ ਤੇਲ ਦੂਜਾ ਡੁੱਲ ਗਿਆ ਸੀ ਲੀਚੇ ਦੁੱਧ ਡੁੱਲ ਗਿਆ ਸੀ ਅਤੇ ਉਹਦੀ ਮੁਸ਼ਕਲ ਜਿਹਾ ਆਉਣ ਲੱਗ ਪਿਆ ਸੀ ਉਹਨੇ ਸਫਾਈ ਕਰਾਈ ਸੀ ਚੰਗੀ ਤਰ੍ਹਾਂ 125 ਯੂਰੋ 20 ਲੱਗੇ ਸੀ ਫਿਰ ਵੀ ਇੰਨੇ ਚੰਗੇ ਤਰ੍ਹਾਂ ਇੰਨੀ ਸਾਫ਼ ਨਹੀਂ ਕੀਤਾ ਉਹਨਾਂ ਨੇ ਅਤੇ ਉਹ ਤੁਹਾਡੇ ਉਸ ਟਾਈਮ 'ਤੇ ਸੈਂਟ ਸੁੰਡ ਪਾ ਦਿੰਦੇ ਕਿ ਇਹਨੂੰ ਆਵੇ ਨਾ ਪਰ ਇੰਨੀ ਗੱਲਬਾਤ ਨਹੀਂ ਤੁਸੀਂ ਆਪ ਤੋਂ ਹੋਊਗੇ ਜ਼ਿਆਦਾ ਵਧੀਆ ਅਤੇ ਵੀਡੀਓ ਲੰਬੀ ਨਹੀਂ ਕਰਨੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ।